यूनिवर्सिटी के विच एक साडे कोल लाइव स्टॉक फार्म है उत्थों अराउंड जिहड़ा दुध जिन्ना भी दुध कलैक्ट हुंदा साडे कोलों एनीमल्स तों साडे कोल मझां गावां बकरियां सब कुछ है उत्थे ਉਹ ਅਸੀਂ ਉਹਦੇ ਪਲਾਂਟ 'ਚ ਲੈ ਕੇ ਆਉਂਦੇ ਹਾਂ ਅਤੇ ਬੱਚੇ ਉਹਨੂੰ ਪ੍ਰੋਸੈਸ ਕਰਦੇ ਆ ਇਹ ਜਿਹੜੇ ਪ੍ਰੋਡਕਟਸ ਹੈਗੇ ਆ ਸੀਜ਼ਨਲ ਹੁੰਦੇ ਆ ਜਿਹੜੇ ਜੇ ਹੁੰਦੇ ਆ ਕਿਉਂ ਸਾਡੀ ਇੱਕ ਨਾਲ ਸਾਡੀ ਲਿਮਿਟੇਸ਼ਨ ਇਹ ਰਹਿੰਦੀ ਆ ਵੀ ਸਾਡੇ ਕੋਲ ਇੱਕ ਜਿਹੜਾ ਦੁੱਧ ਆਉਣਾ ਉਹ ਸਰਟਨ ਅਮਾਊਂਟ ਤੱਕ ਹੀ ਆਉਣਾ ਹੈਗਾ ਫਾਰ ਐਗਜ਼ਾਮਪਲ ਅੱਜ ਕੱਲ੍ਹ 2000 ਲੀਟਰ ਦੇ ਕਰੀਬ ਦੁੱਧ ਆ ਰਿਹਾ ਪਰ ਡੇ ਸੋ ਸਰਦੀਆਂ ਤਾਂ ਖੋਆ ਮਿਲਕ ਕੇਕ ਬਰਫੀ ਇਹ ਵਗੈਰਾ ਚੀਜ਼ਾਂ ਵਿਕ ਜਾਂਦੀਆਂ ਹੈਗੀਆਂ ਗਰਮੀਆਂ 'ਚ ਹੁਣ ਆ ਰਿਹਾ ਤਾਂ ਆਈਸਕ੍ਰੀਮ ਹੋ ਗਿਆ ਪਨੀਰ ਹੋ ਗਿਆ ਲੱਸੀ ਹੋ ਗਈ ਫਲੇਵਰਡ ਮਿਲਕ ਹੋ ਗਿਆ ਇਹ ਸਭ ਚੀਜ਼ਾਂ ਅਸੀਂ ਬਣਾਉਂਦੇ ਹੈਗੇ ਹਾਂ ਸੋ ਸੀਜ਼ਨਲ ਬੇਸਡ ਰਹਿੰਦਾ ਜਿੱਦਾਂ ਦੀ ਜ਼ਰੂਰਤ ਹੁੰਦੀ ਉਸ ਤਰ੍ਹਾਂ ਦੇ ਬਣਾ ਦੇ ਅਸੀਂ ਜਿਹੜਾ ਇਹ ਜਿਹੜਾ ਮਾਡਲ ਹੈ ਸਾਡਾ ਇਹ ਬੱਚਿਆਂ ਦੀ ਟ੍ਰੇਨਿੰਗ ਲਈ ਹੈ ਇਹ ਕਮਰਸ਼ੀਅਲ ਐਕਟੀਵਿਟੀ ਲਈ ਨਹੀਂ ਹੈਗਾ ਜਿਹੜੇ ਸਾਡੇ ਕੋਲ ਜਿੰਨੇ ਪ੍ਰੋਡਕਟ ਬਣਦੇ ਆ ਬੱਚਿਆਂ ਨੂੰ ਬੇਸਿਕਲੀ ਸਿਖਲਾਈ ਲਈ ਬਣਦੇ ਪਏ ਅਸੀਂ ਤੁਸੀਂ ਸਮਝੋ ਉਹਦਾ ਬਾਈ ਪ੍ਰੋਡਕਟ ਹੈ ਸਾਡਾ ਕੰਮ ਉਹਨਾਂ ਨੂੰ ਟ੍ਰੇਨਿੰਗ ਦੇਣਾ ਹੈਗਾ ਉਹਨਾਂ ਨੂੰ ਸਿਖਲਾਈ ਦੇਣੀ ਹੈਗੀ ਆ ਸਾਡਾ ਜਿਹੜਾ ਏਮ ਹੈ ਉਹ ਫਾਰਮਰਸ ਦੀ ਜਿਹੜੀ ਇਨਕਮ ਵਧਾਉਣਾ ਅਤੇ ਬੱਚੇ ਇਸ ਕੰਮ 'ਚ ਆਉਣ ਤਾਂ ਕਿ ਉਹ ਪਲਾਨ ਤੋਂ ਰੁਕਣ ਜੋ ਇੱਥੋਂ ਸ਼ਿਫਟ ਕਰ ਰਹੇ ਹੈਗੇ ਜੋ ਆਪਣਾ ਕਿੱਤਾ ਅਪਣਾਉਣਗੇ ਤਾਂ ਡੈਫੀਨੇਟਲੀ ਉਹ ਜਿਹੜੀ ਹੈ ਪਲਾਨ ਆ ਉਹ ਘੱਟ ਹੋਊਗੀ ਕਹਿੰਦੇ ਕਿ ਅਗਰ ਪਿਓਰਟੀ ਦੇਣੀ ਹੈ ਤਾਂ ਉਸਦੇ ਰੇਟ ਵੀ ਉਹ ਜਿਹੇ ਹੋਣਗੇ ਤਾਂ ਕੋਈ ਫਰਕ ਹੈ ਮਾਰਕੀਟ ਦੇ ਨਾਲੋਂ ਇਸ ਦੇ ਵਿੱਚ ਕਰੀਬ ਕਰੀਬ ਸੇਮ ਹੀ ਰੇਟ ਹੈ ਮਾਰਕੀਟ ਦੇ ਨਾਲ ਬਰਾਬਰ ਕਿਉਂਕਿ ਹਰ ਇੱਕ ਮਾਰਕੀਟ ਦੇ ਨਾਲ ਹੀ ਚੱਲੇਗਾ ਅਤੇ ਸੇਮ ਹੀ ਰੇਟ ਹੈ ਸਤਿ ਸ਼੍ਰੀ ਅਕਾਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੇ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਮਿਲਾਵਟ ਭਰੀਆਂ ਚੀਜ਼ਾਂ ਬਹੁਤ ਮਿਲਦੀਆਂ ਨੇ ਖਾਣ ਪੀਣ ਦੇ ਲਈ ਅਤੇ ਪਿਓਰਟੀ ਨਾਮ ਦੀ ਚੀਜ਼ ਜਿਹੜੀ ਹੈ ਨਾਮ ਮਾਤਰ ਹੁੰਦੀ ਹੈ ਲੇਕਿਨ ਗੁਰਦਾਸਪੁਰ ਯੂਨੀਵਰਸਿਟੀ ਦੇ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਹੈ ਮਿਲਕ ਪਾਰਲਰ ਖੋਲ੍ਹੇਗਾ ਜਿਸ ਦੇ ਵਿੱਚ ਮਿਲਕ ਪ੍ਰੋਡਕਟਸ ਜਿਹੜੇ ਨੇ ਪਿਓਰਟੀ ਦੇ ਨਾਲ ਮੁਹੱਈਆ ਕਰਵਾਏ ਜਾਣ ਤਾਂ ਕਿ ਲੁਧਿਆਣਾ ਵਾਸੀ ਜਿਹੜੇ ਨੇ ਉਹ ਪਿਓਰ ਚੀਜ਼ਾਂ ਖਾ ਪੀ ਸਕਣ ਤਾਂ ਸਾਡੇ ਨਾਲ ਇਸ ਵੇਲੇ ਡਾਕਟਰ ਆਰ ਐਸ ਸੇਠੀ ਜੀ ਮੌਜੂਦ ਨੇ ਗੱਲਬਾਤ ਕਰਦੇ ਉਹਨਾਂ ਨਾਲ ਸੇਠ ਸਾਹਿਬ ਜਿਵੇਂ ਕਹਿੰਦੇ ਆ ਅੱਜ ਕੱਲ੍ਹ ਦਾ ਜ਼ਮਾਨਾ ਜਿਹੜਾ ਆ ਉਹ ਮਿਲਾਵਟ ਵਾਲਾ ਜ਼ਮਾਨਾ ਆ ਪਿਓਰਟੀ ਨਾਲ ਦੀ ਚੀਜ਼ ਹੈ ਨਹੀਂ ਗੀ ਇੱਥੇ ਗੁਰਦਾਸਪੁਰ ਯੂਨੀਵਰਸਿਟੀ ਦੇ ਵੱਲੋਂ ਮਿਲਕ ਪ੍ਰੋਡਕਟਸ ਜਿਹੜੇ ਆ ਤਿਆਰ ਕੀਤੇ ਗਏ ਨੇ ਜਾਂ ਬੂਥ 'ਚੋਂ ਸਟਾਰਟ ਕਰਿਆ ਜਾਣਾ ਉਸ ਦੇ ਵਿੱਚ ਕਿਹੜੇ ਮਿਲਕ ਪ੍ਰੋਡਕਟਸ ਹੋਣਗੇ ਅਤੇ ਕਿਸ ਤਰੀਕੇ ਨਾਲ ਪਿਓਰਟੀ ਦਾ ਖਿਆਲ ਰੱਖਿਆ ਜਾਊ ਹਾਂ ਗੁਰਦੀਪ ਜੀ ਤੁਸੀਂ ਬਿਲਕੁਲ ਸਹੀ ਕਿਹਾ ਵੀ ਅੱਜ ਕੱਲ੍ਹ ਜਿਹੜਾ ਪਿਓਰਟੀ ਜਿਹੜਾ ਇੱਕ ਇਸ਼ੂ ਰਹਿੰਦਾ ਹਰ ਕੋਈ ਹੈਲਥ ਕੌਨਸ਼ੀਅਸ ਹੈ ਹਰ ਕੋਈ ਬੰਦਾ ਪਿਓਰ ਚੀਜ਼ ਖਾਣੀ ਚਾਹੁੰਦਾ ਹੈ ਉਹ ਪਿਓਰ ਚੀਜ਼ ਖਰੀਦਣੀ ਚਾਹੁੰਦਾ ਹੈ ਜਿਹੜੇ ਮਿਲਕ ਪ੍ਰੋਡਕਟਸ ਹੈਗੇ ਆ ਉਹਨਾਂ ਦੀ ਪਿਓਰਟੀ ਹਮੇਸ਼ਾ ਲੋਕਾਂ ਦੇ ਮਨ 'ਚ ਥੋੜ੍ਹਾ ਜਿਹਾ ਵਿਚਾਰ ਰਹਿੰਦਾ ਬਾਹਰੋਂ ਚੀਜ਼ ਲੈਣ ਲੱਗਿਆ ਵੀ ਪਿਓਰ ਹੈ ਕਿ ਨਹੀਂ ਬਟ ਮੈਂ ਇਹ ਕਹਿ ਸਕਦਾ ਕਿਉਂਕਿ ਸਾਡਾ ਜਿਹੜਾ ਇਹ ਪਲਾਂਟ ਹੈਗਾ ਇਹ ਬੇਸਿਕਲੀ ਤਾਂ ਬੱਚਿਆਂ ਦੀ ਟ੍ਰੇਨਿੰਗ ਲਈ ਹੈ ਅਸੀਂ ਬੱਚਿਆਂ ਨੂੰ ਟ੍ਰੇਨ ਕਰਨਾ ਹੈਗਾ ਤਾਂ ਕਿ ਉਹ ਇੰਡਸਟਰੀ ਨੂੰ ਸਮਝ ਸਕਣ ਇੰਡਸਟਰੀ ਨੂੰ ਸਮਝ ਸਕਣ ਅਤੇ ਇਸ ਇੰਡਸਟਰੀ ਨੂੰ ਅਪਣਾ ਸਕਣ ਇਸ ਕਿੱਤੇ ਨੂੰ ਅਪਣਾ ਸਕਣ ਸੋ ਸਾਡੇ ਕੋਲ ਜਿਹੜਾ ਯੂਨੀਵਰਸਿਟੀ ਦੇ ਵਿੱਚ ਇੱਕ ਸਾਡੇ ਕੋਲ ਲਾਈਵ ਸਟੋਕ ਫਾਰਮ ਹੈ ਉੱਥੋਂ ਅਰਾਊਂਡ ਜਿਹੜਾ ਦੁੱਧ ਜਿੰਨਾ ਵੀ ਦੁੱਧ ਕਲੈਕਟ ਹੁੰਦਾ ਸਾਡੇ ਕੋਲੋਂ ਐਨੀਮਲਸ ਤੋਂ ਸਾਡੇ ਕੋਲ ਮੱਝਾਂ ਗਾਵਾਂ ਬੱਕਰੀਆਂ ਸਭ ਕੁਝ ਹੈ ਉੱਥੇ ਉਹ ਅਸੀਂ ਉਹਦੇ ਪਲਾਂਟ 'ਚ ਲੈ ਕੇ ਆਉਂਦੇ ਹਾਂ ਅਤੇ ਬੱਚੇ ਉਹਨੂੰ ਪ੍ਰੋਸੈਸ ਕਰਦੇ ਆ ਸੋ ਜਿਹੜੀ ਤੁਸੀਂ ਪਿਓਰਿਟੀ ਦੀ ਗੱਲ ਕਹੀ ਮਿਲਾਵਟ ਦਾ ਤਾਂ ਚਾਂਸ ਹੀ ਕੋਈ ਨਹੀਂ ਹੈ ਕਿਉਂਕਿ ਦੁੱਧ ਅਸੀਂ ਆਪ ਕਲੈਕਟ ਕਰ ਰਹੇ ਹਾਂ ਸਾਡੇ ਫਾਰਮ ਤੋਂ ਦੁੱਧ ਕਲੈਕਟ ਹੋ ਰਿਹਾ ਅਤੇ ਉਹ ਉਰੇ ਆ ਰਿਹਾ ਇੱਥੇ ਆਉਂਦੇ ਹੀ ਅਸੀਂ ਉੱਥੇ ਸਾਰੇ ਪਿਓਰਿਟੀ ਟੈਸਟ ਫਿਰ ਵੀ ਲਾਉਂਦੇ ਹਾਂ ਉਸ ਤੋਂ ਬਾਅਦ ਅਸੀਂ ਉਹਦੀ ਜਿਹੜੀ ਹੈ ਬੱਚੇ ਉਹਨੂੰ ਹੈਂਡਲ ਕਰਦੇ ਆ ਬੱਚੇ ਉਹਦੇ ਡਿਫਰੈਂਟ ਪ੍ਰੋਡਕਟ ਬਣਾਉਂਦੇ ਆ ਅਤੇ ਉਹ ਪ੍ਰੋਡਕਟ ਅਸੀਂ ਜਿਹੜੇ ਯੂਨੀਵਰਸਿਟੀ ਇੰਪਲਾਈਜ਼ ਲਈ ਹੈ ਉਹ ਅਸੀਂ ਸੇਲ 'ਤੇ ਲਾ ਦਿੰਦੇ ਹਾਂ ਹੈ ਨਾ ਅਤੇ ਉਹਦੀ ਅਸੀਂ ਇਕਨੋਮਿਕਸ ਵੀ ਕੈਲਕੂਲੇਟ ਕਰਦੇ ਹਾਂ ਕਿ ਜੇ ਤੁਸੀਂ ਕੋਈ ਮਿਲਕ 'ਚ ਉਹਦੀ ਜੇ ਵੈਲਿਊ ਐਡੀਸ਼ਨ ਕਰਦੇ ਹੋ ਤਾਂ ਤੁਹਾਨੂੰ ਕਿੰਨਾ ਫਾਇਦਾ ਹੁੰਦਾ ਹੈ ਇਕੱਲਾ ਪਲੇਨ ਮਿਲਕ ਵੇਚਣ ਦੇ ਕੰਪੈਰੇਟਿਵਲੀ ਸੋ ਇੱਕ ਲਰਨਿੰਗ ਮਾਡਲ ਹੈ ਬੜਾ ਸੋਹਣਾ ਮਾਡਲ ਹੈ ਜਿਹਦੇ 'ਚ ਅਸੀਂ ਫਾਰਮਰਸ ਨੂੰ ਟ੍ਰੇਨ ਵੀ ਕਰਦੇ ਹਾਂ ਬੱਚਿਆਂ ਨੂੰ ਵੀ ਟ੍ਰੇਨ ਕਰਦੇ ਹਾਂ ਅਤੇ ਪਿਓਰਿਟੀ ਹਮੇਸ਼ਾ ਉਹਦੀ ਗਰੰਟੀ ਯੂਨੀਵਰਸਿਟੀ ਦੀ ਰਹਿੰਦੀ ਹੈ ਲੇਕਿਨ ਗੱਲ ਕੀਤੀ ਜਾਵੇ ਅਗਰ ਮਿਲਕ ਪ੍ਰੋਡਕਟਸ ਦੀ ਤਾਂ ਕਿਹੜੇ ਮਿਲਕ ਪ੍ਰੋਡਕਟ ਉੱਤੇ ਜ਼ਿਆਦਾ ਫੋਕਸ ਕਰਿਆ ਜਾਣਾ ਕਿਉਂਕਿ ਦੇਖਣ ਨੂੰ ਮਿਲਦਾ ਹੈ ਕਿ ਜ਼ਿਆਦਾਤਰ ਲੱਸੀ ਹੋਵੇ ਦੁੱਧ ਹੋਵੇ ਉਹ ਜ਼ਿਆਦਾਤਰ ਜਿਹੜੇ ਵਿਕਣ ਦੇ ਵਿੱਚ ਆਉਂਦੇ ਨੇ ਤਾਂ ਕੋਈ ਫੋਕਸ ਕੀਤਾ ਗਿਆ ਕਿਸੇ ਪ੍ਰੋਡਕਟ ਉੱਤੇ ਇਹ ਜਿਹੜੇ ਪ੍ਰੋਡਕਟਸ ਹੈਗੇ ਆ ਸੀਜ਼ਨਲ ਹੁੰਦੇ ਆ ਜਿਹੜੇ ਜੇ ਹੁੰਦੇ ਆ ਕਿਉਂ ਸਾਡੀ ਇੱਕ ਨਾਲ ਸਾਡੀ ਲਿਮਿਟੇਸ਼ਨ ਇਹ ਰਹਿੰਦੀ ਆ ਵੀ ਸਾਡੇ ਕੋਲ ਇੱਕ ਜਿਹੜਾ ਦੁੱਧ ਆਉਣਾ ਉਹ ਸਰਟਨ ਅਮਾਊਂਟ ਤੱਕ ਹੀ ਆਉਣਾ ਹੈਗਾ ਫਾਰ ਐਗਜ਼ਾਮਪਲ ਅੱਜ ਕੱਲ੍ਹ 2000 ਲੀਟਰ ਦੇ ਕਰੀਬ ਦੁੱਧ ਆ ਰਿਹਾ ਪਰ ਡੇ ਸੋ ਸਰਦੀਆਂ ਤਾਂ ਖੋਆ ਮਿਲਕ ਕੇਕ ਬਰਫੀ ਇਹ ਵਗੈਰਾ ਚੀਜ਼ਾਂ ਵਿਕ ਜਾਂਦੀਆਂ ਹੈਗੀਆਂ ਗਰਮੀਆਂ 'ਚ ਹੁਣ ਆ ਰਿਹਾ ਤਾਂ ਆਈਸਕ੍ਰੀਮ ਹੋ ਗਿਆ ਪਨੀਰ ਹੋ ਗਿਆ ਲੱਸੀ ਹੋ ਗਈ ਫਲੇਵਰਡ ਮਿਲਕ ਹੋ ਗਿਆ ਇਹ ਸਭ ਚੀਜ਼ਾਂ ਅਸੀਂ ਬਣਾਉਂਦੇ ਹੈਗੇ ਸੋ ਸੀਜ਼ਨਲ ਬੇਸਡ ਰਹਿੰਦਾ
जिदा की जरूरत होंगी उस तरह के बना दे। स्टूडेंट्स जो इसकी शुरुआत करेंगे तो मिल के स्टूडेंट्स वालों शुरुआत भी की गई है, तुम्हें बूथ स्टार्ट भी किया कि लुधियाना वासियों के लिए पूरे पास जोड़ा एक उपलब्ध रहेगा कि टाइमिंग की रहने वाली है। इसी देखो जिनी साड़ी मैं तुहाड़े नाल पहला भी कह रहा क्योंकि साड़ी थोड़ी जी लिमिटेशन रहनी है, साडे कोले जिहड़ा दुध हैगा असीं बाहरों नहीं प्रोक्योर कर रहे, ठीक है। सो वो दुध की जिहड़ी है जिन्ने कु प्रोडक्ट बनणगे असीं दुध सप्लाई भी करते हैं अपने इंपलाइज़ नूं। सो टोटल लुधियाना वासी नूं जे मैं कहां पे मुश्किल होगा है ना भी असीं सारिआं नूं सर्व कर पावांगे, बट एक उपराला है साडे कोले डिमांड सी लोकां दी। सो ये जिहड़ा असीं बूथ ये जिहड़ा खोलिया हैगा सेल पॉइंट ये असीं फिरोजपुर रोड पर खोलिया ताकि जे कोई बाहरला कस्टमर है उन्हें यूनिवर्सिटी आने लई गेट पास या होर थोड़ी प्रॉब्लम रहिंदी है वो इत्थों अपना बारे बारे प्रोडक्ट खरीद सकता हैगा, बट इहदी अवेलेबिलिटी जिहड़ी है वो फस्ट कम फस्ट सर्व ही रहनी हैगी है। जे हुण कंपीटीटर्स की गल की जाए तो कंपीटीटर बहुत ने, कंपीटीटर्स पूरी दुनिया के होंगे ने, लेकिन लुधियाने की गल की जाए तो लुधियाने बहुत वड्डे कंपीटीटर जिहड़े तुहाडे आस पास ही है, तुहानूं लगता कि उन्हां दी कंपीटीटर कंपीटीशन अगर आओगे तो पछाड़िया जा सकता है तो प्योरिटी नाम की जिहड़ी चीज़ है वो लोगों तक मुहैया करवाई जाऊगी तो इस नाल बहुत फर्क पैण वाला। असी जिहड़ा ये जिहड़ा मॉडल है साडा ये बच्चों की ट्रेनिंग लई है, ये कमर्शियल एक्टिविटी लई नहीं हैगा। जिहड़े साडे कोले जिन्ने प्रोडक्ट बनते हैं बच्चों नूं बेसिकली सिखलाई लई बनते पए, असी समझो उहदा बाई प्रोडक्ट है, साडा काम उहनां नूं ट्रेनिंग देना हैगा, उहनां नूं सिखलाई देनी हैगी है, पर क्योंकि जो चीज़ बनी हैगी है बच्चों नूं ये भी सिखाउणा भी इहनूं वेचना किवें है, इहनां दी सेल किवें करनी है, मार्केटिंग किवें करनी है, इहदा हिसाब किताब किवें रखना हैगा। सो साडा कंपीटीशन दा कोई मन नहीं है ना उहनूं कमर्शियल एक्टिविटी लई, साडे कोले इन्ने क रिसोर्सिस भी नहीं है भी असीं उहनूं कमर्शियल लई जाइए, बट हाँ यस ਉਹਦੀ ਜਿਹੜੀ ਇਹਦੀ ਜਿਹੜੀ ਵਰਕਿੰਗ ਹੈ ਅਤੇ ਇਹਦੀ ਜਿਹੜੀ ਪਿਓਰਿਟੀ ਹੈ ਦੈਟ ਇਜ਼ ਸਟੇਟ ਆਫ ਦਾ ਆਰਟ ਉਹ ਅਸੀਂ ਕਮਿਟ ਕਰ ਸਕਦੇ ਹੈਗੇ ਹਾਂ। ਸਰਚ ਦੇ ਲਈ ਮੰਨ ਲਓ ਸਟੂਡੈਂਟਸ ਜਿਹੜੇ ਤੁਹਾਡੇ ਕੋਲ ਹੈਗੇ ਨੇ ਉਹਨਾਂ ਨੂੰ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਹੈ, ਕਿਸ ਤਰੀਕੇ ਨਾਲ ਸੇਲ ਵੀ ਕੀਤਾ ਜਾਊਗਾ, ਲੇਕਿਨ ਤੁਹਾਨੂੰ ਲੱਗਦਾ ਹੈ ਕਿ ਇਸ ਦੇ ਨਾਲ ਬੱਚਿਆਂ ਨੂੰ ਹੋਲਡ ਕੀਤਾ ਜਾ ਸਕਦਾ ਕਿਉਂਕਿ ਬੱਚੇ ਦਾ ਅੱਜਕੱਲ੍ਹ ਟ੍ਰੈਂਡ ਬਹੁਤ ਚੱਲਦਾ ਕਿ ਫੋਰਨ ਚਲੇ ਜਾਈਏ, ਚਾਹੇ ਕਿਸੇ ਤਰੀਕੇ ਦੇ ਨਾਲ ਕੋਈ ਪ੍ਰੋਡਕਟ ਨੂੰ ਮੁਹੱਈਆ ਕਰਵਾਇਆ ਜਾਵੇ ਜਾਂ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਵੇ ਤਾਂ ਇਸ ਨਾਲ ਫਰਕ ਪੈਣ ਵਾਲਾ ਹੈ ਕਿ ਬੱਚੇ ਜਿਹੜੇ ਇਸ ਜਗ੍ਹਾ ਦੇ ਉੱਤੇ ਆਪਣਾ ਜਿਹੜਾ ਰੁਜ਼ਗਾਰ ਜਿਹੜਾ ਪਾ ਸਕਦੇ ਨੇ। ਦੇਖੋ ਜਿਹੜਾ ਡੇਅਰੀ ਦਾ ਆਪਣਾ ਕਿੱਤਾ ਹੈਗਾ ਇਹ ਪਿਛਲੇ 10 ਸਾਲਾਂ ਤੋਂ ਵੀ ਜ਼ਿਆਦਾ ਬੜੀ ਅੱਛੀ ਗਰੋਥ ਨਾਲ ਗਰੋ ਕਰ ਰਿਹਾ ਹੈਗਾ, ਇਹ ਬੜਾ ਇੱਕ ਇਨਕਰੇਜਿੰਗ ਬੱਚਿਆਂ ਲਈ ਹੈ। ਜਦੋਂ ਬੱਚੇ ਇੱਥੇ ਕੰਮ ਕਰਦੇ ਆ ਰੋਜ਼ ਉਹ ਸੇਲ ਦੇਖਦੇ ਆ ਉਹਨਾਂ ਨੂੰ ਇਕਨੋਮਿਕਸ ਅਸੀਂ ਸਿਖਾਉਂਦੇ ਹਾਂ ਵੀ ਕਿੰਨੇ ਪੈਸੇ ਸਾਡੇ ਲੱਗੇ, ਕਿੰਨਾ ਸਾਨੂੰ ਬੈਨੀਫਿਟ ਹੋਇਆ, ਜਦੋਂ ਉਹ ਚੀਜ਼ਾਂ ਸਿੱਖਦੇ ਆ ਤਾਂ ਸਾਨੂੰ 100% ਸ਼ਿਓਰਿਟੀ ਮਿਲਦੀ ਹੈ ਕਿ ਬੱਚੇ ਕਿਤੇ ਨਾ ਕਿਤੇ ਇਸ ਧੰਦੇ ਨੂੰ ਖੁਦ ਅਪਣਾਉਣਗੇ ਜਾਂ ਉਹ ਇਸ ਜਗ੍ਹਾ 'ਤੇ ਜਾ ਕੇ ਆਪਣੇ ਪਿੰਡ 'ਚ ਜਾ ਕੇ ਲੋਕਾਂ ਨੂੰ ਇਹਦੇ ਬਾਰੇ ਦੱਸਣਗੇ। ਸੋ ਸਾਡਾ ਜਿਹੜਾ ਏਮ ਹੈ ਉਹ ਫਾਰਮਰਸ ਦੀ ਜਿਹੜੀ ਇਨਕਮ ਵਧਾਉਣਾ ਅਤੇ ਬੱਚੇ ਇਸ ਕੰਮ 'ਚ ਆਉਣ ਤਾਂ ਕਿ ਉਹ ਪਲਾਨ ਤੋਂ ਰੁਕਣ, ਜੇ ਉਹ ਇੱਥੋਂ ਸ਼ਿਫਟ ਕਰ ਰਹੇ ਹੈਗੇ ਆ ਜੋ ਆਪਣਾ ਕਿੱਤਾ ਅਪਣਾਉਣਗੇ ਤਾਂ ਡੈਫੀਨੇਟਲੀ ਉਹ ਜਿਹੜੀ ਹੈ ਪਲਾਨ ਆ ਉਹ ਘੱਟ ਹੋਊਗੀ। ਕਿੰਨੇ ਸਟੂਡੈਂਟਸ ਜਿਹੜੇ ਤੁਹਾਡੇ ਨਾਲ ਇਸ ਵੇਲੇ ਹੈਗੇ ਨੇ ਜਿਹੜੇ ਕਿ ਇਸ ਰਿਸਰਚ ਦੇ ਵਿੱਚ ਜਾਂ ਇਸ ਪਾਰਲਰ ਨੂੰ ਚਲਾਉਣ ਦੇ ਲਈ ਜਿਹੜੇ ਆ ਤੁਹਾਡੇ ਨਾਲ ਹੈਗੇ? ਸਾਡੇ ਕੋਲ ਪ੍ਰੈਜੈਂਟਲੀ ਜਿਹੜੇ ਡੇਅਰੀ ਸਾਇੰਸ ਸਾਰੇ ਬੱਚੇ ਜੇ ਮਿਲਾ ਕੇ ਸਾਡੇ 100 ਦੇ ਕਰੀਬ ਬੱਚੇ ਹੈ, ਐਵਰੀ ਈਅਰ ਜਿਹੜੇ ਆ ਬੈਚ ਹੈ ਸਾਡੇ ਕੋਲ ਉਹ ਆਉਂਦਾ, ਉਹਦੀ ਡਿਫਰੈਂਟ ਸਟਰੈਂਥ ਹੁੰਦੀ ਹੈ। ਸੋ ਉਹ ਬੱਚੇ ਜਿਹੜੇ ਆ ਉਹਨਾਂ ਦੀ ਰੋਟੇਸ਼ਨ 'ਤੇ ਡਿਊਟੀ ਲੱਗਦੀ ਹੈ, ਉਹਨਾਂ ਦਾ ਜਿਹੜਾ ਫਾਈਨਲ ਈਅਰ ਹੁੰਦਾ ਉਹ ਡੈਡੀਕੇਟਡ ਹੁੰਦਾ ਇਸੇ ਕੰਮ ਲਈ, ਇੱਕ ਸਮੈਸਟਰ 'ਚ ਪੂਰਾ ਜਿਹੜਾ ਇਹ ਸਾਰੇ ਪ੍ਰੋਸੈਸ ਨੂੰ ਸਮਝਦੇ ਆ। ਪਹਿਲੇ 3.5 ਸਾਲ ਉਹਨਾਂ ਨੂੰ ਪੜ੍ਹਾਇਆ ਜਾਂਦਾ, ਛੋਟੀਆਂ ਟ੍ਰੇਨਿੰਗਸ ਉਹਦੇ ਵਿੱਚ ਵੀ ਲਗਾਈਆਂ ਜਾਂਦੀਆਂ, ਪਰ ਜਿਹੜਾ ਲਾਸਟ 6 ਮੰਥ ਹੁੰਦੇ ਆ ਉਹ ਕੰਪਲੀਟਲੀ ਉਹ ਸਾਰਾ ਕੰਮ ਇਹ ਸਿੱਖਦੇ ਆ ਅਤੇ ਰੋਟੇਸ਼ਨ 'ਤੇ ਉਹ ਜਿਹੜਾ ਇਹ ਕੰਮ ਕਰਦੇ ਰਹਿੰਦੇ ਆ। ਸੋ ਉਹਨਾਂ ਦੀ ਜਿਹੜੀ ਹੈ ਜਦੋਂ ਉਹ ਪਾਸ ਆਊਟ ਹੋ ਕੇ ਜਾਂਦੇ ਆ ਅਤੇ ਉਹ ਇੰਡਸਟਰੀ ਰੈਡੀ ਹੁੰਦੇ ਆ। ਇਹ ਸਵਾਲ ਹੈ ਜੀ, ਅਗਲੇ ਪਲੈਨਸ ਕੀ ਨੇ ਰਿਸਰਚ ਨੂੰ ਲੈ ਕੇ ਜਾਂ ਫਿਰ ਅਗਲੇ ਹੋਰ ਜਿਹੜੇ ਪ੍ਰੋਡਕਟਸ ਜਿਹੜੇ ਮੁਹੱਈਆ ਕਰਵਾਏ ਜਾਣ ਲੋਕਾਂ ਤੱਕ? ਸਾਡੀ ਜਿਹੜੀ ਨੈਕਸਟ ਹੈਗਾ ਜੀ ਉਹ ਸਾਇੰਟਿਫਿਕ ਇੰਟਰਵੈਂਸ਼ਨਸ ਹੈ। ਸਾਇੰਟਿਫਿਕ ਇੰਟਰਵੈਂਸ਼ਨ ਜਦੋਂ ਮੈਂ ਕਹਿੰਦਾ ਵੀ ਸਾਇੰਸ ਦੇ ਤਰੀਕੇ ਨਾਲ ਚੀਜ਼ਾਂ ਨੂੰ ਅਸੀਂ ਉਹਨਾਂ ਦੀ ਪ੍ਰੋਡਕਟੀਵਿਟੀ ਜਿਹੜੀ ਹੈ ਜਿਹੜੀ ਉਹਨਾਂ ਦੀ ਯੀਲਡ ਹੈ, ਮੰਨ ਲਓ ਆਪਾਂ 100 ਕਿਲੋ ਦੁੱਧ ਲੈਂਦੇ ਹੈਗੇ ਹਾਂ ਤਾਂ ਉਹਦੇ 'ਚੋਂ ਆਪਾਂ ਕਹਿੰਦੇ ਹਾਂ ਵੀ ਜਿਹੜਾ ਸਾਡਾ ਪਨੀਰ ਬਣਾਉਣਾ ਉਹ 1 ਕਿਲੋ ਨਿਕਲਣਾ ਚਾਹੀਦਾ। ਸੋ ਅਸੀਂ ਉਹਦੀ ਸਾਇੰਟਿਫਿਕ ਇੰਟਰਵੈਂਸ਼ਨਸ ਨਾਲ ਅਸੀਂ ਯੀਲਡ ਕਿਵੇਂ ਵਧਾ ਸਕਦੇ ਹਾਂ, ਕੁਆਲਿਟੀ ਕਿਵੇਂ ਵਧਾ ਸਕਦੇ ਹਾਂ, ਇਹ ਸਾਡਾ ਮੇਨ ਏਜੰਡਾ ਹੈ। ਸੋ ਇਹ ਮਿਲਕ ਪਾਰਲਰ ਤੁਹਾਨੂੰ ਇੱਕ ਵਾਰ ਤਸਵੀਰਾਂ ਦਿਖਾ ਦਿੰਦੇ ਹਾਂ ਕਿ ਜਿਹੜਾ ਮਿਲਕ ਪਾਰਲਰ ਗੁਰਦਾਸਪੁਰ ਯੂਨੀਵਰਸਿਟੀ ਦੇ ਵਿੱਚ ਜਿਹੜਾ ਸ਼ੁਰੂਆਤ ਕੀਤੀ ਗਈ ਆ, ਸਟੂਡੈਂਟਸ ਜਿਹੜੇ ਇੱਥੇ ਪੜ੍ਹਦੇ ਨੇ ਤਾਂ ਉਹਨਾਂ ਦੀ ਰਿਸਰਚ ਜਿਹੜੀ ਆ ਉਹਨਾਂ ਦੇ ਵੱਲੋਂ ਕਰਵਾਈ ਜਾਊਗੀ ਅਤੇ ਇਸ ਦੇ ਨਾਲ ਨਾਲ ਇਹਨਾਂ ਦੇ ਵੱਲੋਂ ਹੀ ਜਿਹੜਾ ਇਸ ਮਿਲਕ ਪ੍ਰੋਡਕਟਸ ਨੂੰ ਜਿਹੜਾ ਆ ਇੱਥੇ ਮੁਹੱਈਆ ਕਰਵਾਇਆ ਜਾਊਗਾ ਲੁਧਿਆਣਾ ਵਾਸੀਆਂ ਨੂੰ, ਤਾਂ ਕਿ ਲੁਧਿਆਣਾ ਵਾਸੀ ਜਿਹੜੇ ਨੇ ਉਹ ਆਪਣੀ ਪਿਓਰਟੀ ਦੇ ਨਾਲ ਜਿਹੜੀ ਚੀਜ਼ ਤਿਆਰ ਹੋਈ ਹੈ ਤਾਂ ਉਸ ਨੂੰ ਜਿਹੜਾ ਖਰੀਦ ਸਕਣ ਅਤੇ ਪਿਓਰਟੀ ਨਾਮ ਦੀ ਜਿਹੜੀ ਚੀਜ਼ ਹੈ ਜੋ ਲੋਕਾਂ ਤੱਕ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਇੱਥੇ ਸਟੂਡੈਂਟਸ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਵੀਰੇ ਕੀ ਨਾਮ ਹੈ ਤੁਹਾਡਾ? ਮੇਰਾ ਅਜੇ ਪ੍ਰੀਤ ਸਿੰਘ। ਅਜੇ ਪ੍ਰੀਤ,
ਜਿਵੇਂ ਮਿਲਕ ਪ੍ਰੋਡਕਟਸ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਇਸ ਜਗ੍ਹਾ ਨੂੰ ਸੰਭਾਲੋਗੇ ਇਸ ਵਾਰ, ਕਿੱਦਾਂ ਮਹਿਸੂਸ ਹੋ ਰਿਹਾ ਅਤੇ ਕਿਹੜੇ ਕਿਹੜੇ ਪ੍ਰੋਡਕਟਸ ਜਿਹੜੇ ਨੇ ਇੱਥੇ ਮੁਹੱਈਆ ਕਰਵਾਏ ਜਾਣ? ਸਰ ਦੇਖੋ, ਐਜ਼ ਅ ਪਾਰਟ ਆਫ ਟ੍ਰੇਨਿੰਗ ਬਹੁਤ ਵਧੀਆ ਮਹਿਸੂਸ ਹੋ ਰਿਹਾ ਕਿ ਸਾਨੂੰ ਐਕਸਪੋਜ਼ਰ ਮਿਲ ਰਿਹਾ ਹਰ ਇੱਕ ਚੀਜ਼ ਦਾ, ਕਿਵੇਂ ਮਾਰਕੀਟਿੰਗ ਕਰਨੀ, ਕਿਵੇਂ ਆਪਾਂ ਪ੍ਰੋਡਕਸ਼ਨ ਕਰਨੀ ਆ, ਸੇਲਸ ਦਾ ਧਿਆਨ ਰੱਖਿਆ ਜਾ ਰਿਹਾ, ਕਿਵੇਂ ਆਪਾਂ ਬੈਲੈਂਸ ਸ਼ੀਟ ਮੇਨਟੇਨ ਕਰਨੀ ਰੋਜ਼ ਦੇ ਰੋਜ਼ ਕਿ ਕਿੰਨਾ ਸਾਡੇ ਕੋਲ ਸਟੋਕ ਆਇਆ, ਐਟ ਦੀ ਐਂਡ ਆਫ ਦ ਡੇ ਸਾਡੇ ਕੋਲ ਕਿੰਨਾ ਬਚਿਆ, ਅਤੇ ਸੇਲ ਇਸ ਸੇਲਸ 'ਤੇ ਆਪਣੇ ਕੋਲ ਇਸ ਟਾਈਮ ਕਰੰਟਲੀ ਮਤਲਬ ਕਿ ਦੁੱਧ ਹੈ, ਘਿਓ ਹੈ, ਬਰਫੀ ਹੈ, ਆਪਣੇ ਕੋਲ ਫਲੇਵਰਡ ਮਿਲਕ ਹੈ, ਲੱਸੀ ਹੈ, ਪਨੀਰ ਹੈ, ਖੋਆ, ਆਈਸਕ੍ਰੀਮ, ਕਾਫੀ ਪ੍ਰੋਡਕਟਸ ਨੇ ਇਸ ਟਾਈਮ ਸਾਡੇ ਕੋਲ। ਅੱਛਾ, ਜਿਵੇਂ ਕਹਿੰਦੇ ਕਿ ਅਗਰ ਪਿਓਰਟੀ ਦੇਣੀ ਹੈ ਤਾਂ ਉਸਦੇ ਰੇਟ ਵੀ ਉਹ ਜਿਹੇ ਹੋਣਗੇ, ਤਾਂ ਕੋਈ ਫਰਕ ਹੈ ਮਾਰਕੀਟ ਦੇ ਨਾਲੋਂ ਇਸ ਦੇ ਵਿੱਚ? ਨਹੀਂ, ਕਰੀਬ ਕਰੀਬ ਸੇਮ ਹੀ ਰੇਟ ਹੈ ਮਾਰਕੀਟ ਦੇ ਨਾਲ ਬਰਾਬਰ, ਕਿਉਂਕਿ ਹਰ ਇੱਕ ਮਾਰਕੀਟ ਦੇ ਨਾਲ ਹੀ ਚੱਲੇਗਾ ਅਤੇ ਸੇਮ ਹੀ ਰੇਟ ਹੈ। ਜਿਵੇਂ ਹੁਣ ਗੱਲ ਕੀਤੀ ਜਾਵੇ, ਤੁਸੀਂ ਵੀ ਹੁਣ ਬੈਠਦੇ ਉੱਠਦੇ ਹੋ ਹਰ ਇੱਕ ਦੇ ਨਾਲ, ਤਾਂ ਤੁਹਾਨੂੰ ਪਤਾ ਲੱਗਦਾ ਵੀ ਪਿਓਰਟੀ ਜਿਹੜੀ ਹੈ ਹਰ ਇੱਕ ਜਗ੍ਹਾ 'ਤੇ ਨਹੀਂ ਮਿਲ ਸਕਦੀ ਹੈਗੀ, ਤਾਂ ਪਿਓਰਟੀ ਦਾ ਕਿਸ ਤਰੀਕੇ ਨਾਲ ਖਿਆਲ ਰੱਖਿਆ ਜਾਊਗਾ ਇਸ ਦੇ ਵਿੱਚ? ਬੇਸਿਕਲੀ ਸਾਡੇ ਕੋਲ FFSAI ਦਾ ਲਾਈਸੈਂਸ ਹੈ ਜੋ ਇਨਸ਼ੋਰ ਕਰਦਾ ਕਿ ਪਿਓਰਟੀ ਨੂੰ ਅਤੇ ਕੁਆਲਿਟੀ ਨੂੰ। ਉਸ ਤੋਂ ਬਾਅਦ ਸਾਡੇ ਕੋਲ ਹਰ ਇੱਕ ਚੀਜ਼ ਬਹੁਤ ਹੀ ਵਧੀਆ ਸਾਫ਼ ਢੰਗ ਨਾਲ ਪ੍ਰੋਸੈਸ ਹੋ ਰਹੀ ਹੈ, ਸਾਡੇ ਕੋਲ ਲੈਬਸ ਨੇ ਜਿਨ੍ਹਾਂ ਵਿੱਚ ਪ੍ਰੋਸੈਸ ਹੋ ਰਿਹਾ, ਕੈਮਿਸਟਰੀ ਦੇ ਕੈਮੀਕਲ ਮਤਲਬ ਕਿ ਟੈਸਟ ਹੋ ਰਹੇ ਨੇ, ਫਿਰ ਆਪਣੇ ਕੋਲ ਮਾਈਕਰੋਬਾਇਓਲੋਜੀ ਜਿਹੜੇ ਸਾਰੇ ਟੈਸਟ ਕਰਕੇ ਆਪਾਂ ਐਟ ਦੀ ਐਂਡ ਫਿਰ ਆਪਾਂ ਪ੍ਰੋਡਕਟ ਪੈਕ ਕਰਕੇ ਸੇਲਸ ਲਈ ਆਉਂਦਾ। ਸਿਟੀ ਨਾਲ ਗੱਲਬਾਤ ਹੋ ਰਹੀ ਸੀ, ਕਹਿੰਦੇ ਵੀ ਸਟੂਡੈਂਟਸ ਨੂੰ ਰਿਸਰਚ ਦਿੱਤੀ ਜਾ ਰਹੀ ਹੈ, ਟ੍ਰੇਨਿੰਗ ਦਿੱਤੀ ਜਾ ਰਹੀ ਹੈ, ਇਸ ਨਾਲ ਨਾਲ ਵੀ ਬੱਚੇ ਜਿਹੜੇ ਇੱਥੇ ਆਪਣੇ ਕੋਈ ਕੰਮ ਕਰ ਸਕਣ। ਤੁਸੀਂ ਵੀ ਪਲਾਨ ਕਰ ਰਹੇ ਹੋ ਕਿ ਇਸੇ ਤਰੀਕੇ ਨਾਲ ਟ੍ਰੇਨਿੰਗ ਲੈ ਕੇ ਬੂਥ ਜਿਹੜਾ ਅਸੀਂ ਅਲੱਗ ਲਵਾਈਏ ਅਤੇ ਕਿਸੇ ਨਾਲ ਕੰਪੀਟੀਸ਼ਨ ਅਗਰ ਜਾਣਾ ਪਵੇ ਤਾਂ ਕੰਪੀਟ ਵੀ ਕੀਤਾ ਜਾਵੇ? ਸਰ ਬੇਸਿਕਲ ਜੇ ਤਾਂ ਆਪਾਂ ਇਹ ਸੇਲਸ ਪੁਆਇੰਟ ਦੀ ਗੱਲ ਕੀਤੀ, ਸਾਡਾ ਕੰਪੀਟੀਸ਼ਨ ਨਹੀਂ ਹੈ, ਇਹ ਐਜ਼ ਅ ਪਾਰਟ ਆਫ ਐਜੂਕੇਸ਼ਨ ਆ ਕਿ ਸਾਨੂੰ ਦੱਸਿਆ ਜਾ ਰਿਹਾ ਕਿ ਕਿਵੇਂ ਇਹ ਸਿਸਟਮ ਵਰਕ ਕਰਦਾ। ਠੀਕ ਹੈ, ਹੁਣ ਇਸ ਟਾਈਮ ਬਹੁਤ ਜ਼ਿਆਦਾ ਨੇ, ਪਰ ਆਪਾਂ ਮੇਨ ਸਾਡਾ ਸਿਖਲਾਈ ਵੱਲ ਧਿਆਨ ਆ ਕਿ ਇੱਥੋਂ ਸਿੱਖੀਏ ਅਤੇ ਉਸ ਤੋਂ ਬਾਅਦ ਆਪਣੇ ਆਪਣੇ ਏਰੀਏ ਜਾ ਕੇ ਇਹ ਕੰਮ ਸ਼ੁਰੂ ਕੀਤਾ ਜਾਵੇ। ਤੁਹਾਡੇ ਨਾਲ ਹੁਣ ਤੱਕ ਕਿੰਨੇ ਜਣੇ ਜਿਹੜੇ ਜੁੜੇ ਹੋਏ ਨੇ? ਸਰ ਦੇਖੋ ਕਿ ਕਾਫੀ ਜਾਣੇ ਨੇ, ਲੋਕਲਸ ਵੀ ਰੋਜ਼ ਆਉਂਦੇ ਨੇ ਅਤੇ ਇੱਥੋਂ ਦੇ ਜਿਹੜੇ ਰੈਗੂਲਰ ਪ੍ਰੋਫੈਸਰ ਜਾਂ ਹੋਰ ਸਟਾਫ ਆ ਉਹ ਰੈਗੂਲਰ ਕਸਟਮਰ ਅਤੇ ਉਹ ਕਨਫਰਮ ਪੱਕੇ ਨੇ। ਅਤੇ ਇਹ ਟਾਈਮਿੰਗ ਜਿਹੜੀ ਹੈ ਸਿਰਫ 3-4 ਘੰਟੇ ਦੀ ਹੋ ਵੀ ਖੁੱਲ੍ਹਣ ਦੇ ਲਈ ਜਾਂ ਉਸ ਤੋਂ ਬਾਅਦ ਵੀ ਕੀਤਾ ਜਾ ਸਕਦਾ? ਸਰ ਅਲੱਗ ਅਲੱਗ ਬੂਥ ਆ, ਜਿੱਦਾਂ ਜਿਹੜਾ ਸਾਡੇ ਕੋਲ ਮੇਨ PAU ਕੈਂਪਸ ਦੇ ਅੰਦਰ ਵਾਲਾ ਉਹਦੀ ਟਾਈਮਿੰਗ ਹੈ ਸੁਬਹਾ 7 ਵਜੇ ਤੋਂ ਸ਼ਾਮ ਦੇ 7 ਵਜੇ ਤੱਕ। ਠੀਕ ਹੈ, ਇਸ ਦਾ ਜੇ ਨਵਾਂ ਬੂਥ ਖੁੱਲ੍ਹਾ ਇਹਦੀ ਆਪਣੀ ਟਾਈਮਿੰਗ ਹੈ 8 ਵਜੇ ਤੋਂ ਦੁਪਹਿਰ ਦੇ 2 ਵਜੇ ਤੱਕ, ਅਤੇ ਹੌਲੀ ਹੌਲੀ ਜੇ ਆਪਾਂ ਨੂੰ ਟਾਈਮ ਦੇ ਅਕੋਰਡਿੰਗ ਵਧੂਗੀ ਟਾਈਮਿੰਗ ਇਹਦੀ ਸਾਰੀ। ਬਹੁਤ ਧੰਨਵਾਦ। ਸੋ ਇਹ ਮਿਲਕ ਪ੍ਰੋਡਕਟਸ ਨੇ ਜਿਹੜੇ ਮਿਲਕ ਪ੍ਰੋਡਕਟਸ ਜਿਹੜੇ ਅਵੇਲੇਬਲ ਨੇ ਇਸ ਮੌਕੇ, ਔਰ ਜਿਹੜੇ ਲੁਧਿਆਣਾ ਵਾਸੀ ਨੇ ਉਹਨਾਂ ਨੂੰ ਮੁਹੱਈਆ ਕਰਵਾਏ ਜਾਣਗੇ, ਤਾਂ ਕਿ ਜਿਹੜੇ ਲੁਧਿਆਣਾ ਵਾਸੀ ਨੇ ਉਹ ਪਿਓਰਟੀ ਦਾ ਲੁਫ ਜਿਹੜਾ ਜ਼ਰੂਰ ਉਠਾ ਸਕਣ, ਕਿਉਂਕਿ ਅੱਜ ਕੱਲ੍ਹ ਦਾ ਜਿਹੜਾ ਜ਼ਮਾਨਾ ਹੈ ਉਸ ਜ਼ਮਾਨੇ ਦੇ ਵਿੱਚ ਪਿਓਰਟੀ ਨਾਮ ਦੀ ਜਿਹੜੀ ਚੀਜ਼ ਹੈ ਉਹ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ। ਲੋਕ ਜਿਹੜੇ ਨੇ ਪਿਓਰਟੀ ਜਿਹੜੇ ਪਾਲਦੇ ਨੇ ਹਰ ਇੱਕ ਪ੍ਰੋਡਕਟਸ ਦੇ ਵਿੱਚ, ਚਾਹੇ ਉਹ ਮਿਲਕ ਪ੍ਰੋਡਕਟਸ ਹੋਣ ਜਾਂ ਕੋਈ ਹੋਰ ਖਾਣ ਪੀਣ ਦੀਆਂ ਚੀਜ਼ਾਂ ਹੋਣ, ਤਾਂ ਉਹਨਾਂ ਦੇ ਵਿੱਚ ਪਿਓਰਟੀ ਜਿਹੜੀ ਹੈ ਹਮੇਸ਼ਾ ਲੱਭੀ ਜਾਂਦੀ ਹੈ, ਲੇਕਿਨ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪਿਓਰਟੀ ਉਹਨਾਂ ਨੂੰ 100% ਜਿਹੜੀ ਉਹ ਨਹੀਂ ਮਿਲ ਪਾਉਂਦੀ। ਲੇਕਿਨ ਗੁਰਦਾਸਪੁਰ ਯੂਨੀਵਰਸਿਟੀ ਦੇ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਕਿ ਜਿਹੜੇ ਲੁਧਿਆਣਾ ਵਾਸੀ ਨੇ ਉਹਨਾਂ ਨੂੰ ਪਿਓਰ ਜਿਹੜੀਆਂ ਖਾਣ ਪੀਣ ਦੀ ਚੀਜ਼ਾਂ ਨੇ, ਮਿਲਕ ਪ੍ਰੋਡਕਟਸ ਨੇ ਜਿਹੜੇ ਉਹ ਮੁਹੱਈਆ ਕਰਵਾਏ ਜਾ ਸਕਣ, ਅਤੇ ਇਸ ਦੇ ਨਾਲ ਨਾਲ ਜਿਹੜਾ ਪਿਓਰਟੀ ਦਾ ਲੁਫਤ ਵੀ ਜਿਹੜੇ ਉਠਾ ਸਕਣ। ਤਾਂ ਇਹ ਕੋਸ਼ਿਸ਼ ਕੀਤੀ ਗਈ ਹੈ ਗੁਰਦਾਸਪੁਰ ਯੂਨੀਵਰਸਿਟੀ ਵੱਲੋਂ, ਅਤੇ ਸਟੂਡੈਂਟਸ ਦੀ ਰਿਸਰਚ ਵੀ ਕਰਵਾਈ ਜਿਹੜੀ ਨਾਲ ਨਾਲ ਟ੍ਰੇਨਿੰਗ ਹੋ ਰਹੀ ਹੈ ਸਟੂਡੈਂਟਸ ਦੀ, ਤਾਂ ਕਿ ਜਿਹੜੇ ਉਹ ਆਪਣੀ ਟ੍ਰੇਨਿੰਗ ਲਗਾਉਣ ਤੋਂ ਬਾਅਦ ਅਗਰ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਇਹਨਾਂ ਬੂਥ ਦੇ ਨਾਲ ਰਿਲੇਟਡ ਕੋਈ ਵੀ ਜੋਬ ਕਰਨੀ ਪੈ ਜਾਵੇ ਜਾਂ ਫਿਰ ਆਪਣੇ ਬੂਥ ਅਲੱਗ ਤੋਂ ਲਗਾਉਣੇ ਪੈ ਜਾਣ ਅਤੇ ਪਿਓਰ ਚੀਜ਼ਾਂ ਜਿਹੜੀਆਂ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾ ਸਕਣ ਤਾਂ ਉਹ ਕਰ ਸਕਣ। ਸੋ ਵਧੇਰੀ ਅਪਡੇਟ ਸੀ, ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ। ਕੈਮਰਾ ਪਰਸਨ ਹੈਪੀ ਸਿੰਘ ਦੇ ਨਾਲ ਗੁਰਦੀਪ ਸਿੰਘ ਲੰਮੇ, ਲੁਧਿਆਣਾ।